ਤਾਂ ਫਿਰੋਜ਼ਪੁਰ ਲੋਕ ਸਭਾ ਦੀ ਸੀਟ ਦੇ ਉੱਤੇ ਔਰ ਫਿਰੋਜ਼ਪੁਰ ਦੇ ਉੱਤੇ ਜਿਹੜੇ ਕੰਮ ਹੋਣੇ ਚਾਹੀਦੇ ਸੀ ਜਾਂ ਮੈਂਬਰ ਆਫ ਪਾਰਲੀਮੈਂਟ ਦਾ ਜਿਹੜਾ ਇੱਕ ਪ੍ਰੋਟੋਕਾਲ ਹੁੰਦਾ, ਇੱਕ ਮੈਂਬਰ ਆਫ ਪਾਰਲੀਮੈਂਟ ਦੀ ਪਾਵਰ ਹੁੰਦੀ ਆ, ਉਸ ਪਾਵਰ ਨੂੰ ਕਿਤੇ ਮਿਸਯੂਜ਼ ਕੀਤਾ ਕਿ ਮਿਸਯੂਜ਼ ਮੀਨ ਸਮੋਸੇ ਖਾ ਕੇ ਤੁਸੀਂ ਘਰ ਵਾਪਸ ਆਇਓ। ਜ਼ਿਆਦਾ ਜ਼ਿਆਦਾ ਜੇ ਫਿਰੋਜ਼ਪੁਰ ਲਈ ਤੁਸੀਂ ਜਿਹੜਾ ਯੋਗਦਾਨ ਦਿੱਤਾ ਤਾਂ ਦਵਿੰਦਰ ਸਿੰਘ ਬਾਇਕ MLA ਬਣਾਇਆ, ਉਹ ਵੀ ਆਪਣੇ ਘਰ ਦਾ। ਤਾਂ ਬਾਰਡਰ ਪੱਟੀ ਦੀ ਸਮੱਸਿਆਵਾਂ ਜੇ 25 ਸਾਲਾਂ ਵਿੱਚ ਕੁਛ ਨਹੀਂ ਕਰ ਪਾਏ ਤਾਂ ਇਸ ਬਾਰੇ ਲੋਕ ਮੇਰੇ ਹਿਸਾਬ ਨਾਲ ਨਕਾਰ ਚੁੱਕਿਆ। 600 ਕਬਾਇਆ ਕੋਈ ਚੱਲਿਆ ਕਾਰਤੂਸ ਫੋਕਾ ਕੋਈ ਚੱਕਰ ਨਹੀਂ, ਅੰਗਰੇਜ਼ ਬੜਵਾਲ ਖੜਿਆ ਅੱਗੇ। ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਧਾਰੀਵਾਲ। ਫਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਫੌਜੀ ਅੰਗਰੇਜ਼ ਸਿੰਘ ਵੜਵਾਲ ਦੇ ਵੱਲੋਂ ਜਿੱਥੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਉੱਥੇ ਹੀ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਤੇ ਤਿੱਖੇ ਸ਼ਬਦੀ ਵਾਰ ਕੀਤੇ ਤੇ ਕਿਹਾ ਕਿ ਉਹ ਚੱਲੇ ਹੋਏ ਕਾਰਤੂਸ ਨੇ। ਤਾਂ ਸ਼ੇਰ ਸਿੰਘ ਘੁਬਾਇਆ ਨੂੰ ਰਾਜ ਬਰਾਦਰੀ ਦੇ ਉਹਨਾਂ ਨੂੰ ਟਿਕਟ ਮਿਲ ਗਈ ਹੈ, ਤਾਂ ਤੁਸੀਂ ਕਿਵੇਂ ਦੇਖਦੇ ਹੋ ਰਾਜ ਸਿੰਘ ਬਰਾਦਰੀ ਦੇ ਉਹ ਵੀ ਨਹੀਂ, ਤਾਂ ਤੁਸੀਂ ਦਾਅਵਾ ਕਰ ਰਹੇ ਸੀ ਮੇਰੀ ਜਿੱਤ ਕਿਵੇਂ ਸਮਝਦੇ? ਦੇਖੋ ਲੋਕਤੰਤਰ ਆ, ਲੋਕਤੰਤਰ ਦੇ ਵਿੱਚ ਬਰਾਦਰੀ ਮੈਟਰ ਨਹੀਂ ਕਰਦੀ, ਨੰਬਰ ਇੱਕ। ਨੰਬਰ ਦੋ, ਦੂਜੀ ਤਰ੍ਹਾਂ ਅਸੀਂ ਜੇ ਦੇਖੀਏ ਤਾਂ 25 ਸਾਲ ਰਾਜ ਵੀ ਕਰਿਆ ਘੁਬਾਇਆ ਪਰਿਵਾਰ ਨੇ, ਪਰ ਇੱਕ ਵੀ ਉਪਲਬਧੀ ਗਿਣਾ ਦੇਣ, ਮੇਰੀ ਉਹਦੇ ਨਾਲ ਕੋਈ ਜਾਤੀ ਨਹੀਂ ਆ, ਪਰ ਉਸੇ ਸਮਾਜ ਦੇ ਵਿੱਚੋਂ ਮੈਂ ਰਾਜ ਸਿੱਖ ਫੈਮਿਲੀ ਦੇ ਵਿੱਚ ਬਿਲੋਂਗ ਕਰਦਾ। ਔਰ ਅਦਰਵਾਈਜ਼ ਮੈਂ ਦੇਖਾਂ ਤਾਂ ਫਿਰੋਜ਼ਪੁਰ ਲੋਕ ਸਭਾ ਦੀ ਸੀਟ ਦੇ ਉੱਤੇ ਔਰ ਫਿਰੋਜ਼ਪੁਰ ਦੇ ਉੱਤੇ ਜਿਹੜੇ ਕੰਮ ਹੋਣੇ ਚਾਹੀਦੇ ਸੀ ਜਾਂ ਮੈਂਬਰ ਆਫ ਪਾਰਲੀਮੈਂਟ ਦਾ ਜਿਹੜਾ ਇੱਕ ਪ੍ਰੋਟੋਕਾਲ ਹੁੰਦਾ, ਇੱਕ ਮੈਂਬਰ ਆਫ ਪਾਰਲੀਮੈਂਟ ਦੀ ਪਾਵਰ ਹੁੰਦੀ ਆ, ਉਸ ਪਾਵਰ ਨੂੰ ਕਿਤੇ ਮਿਸਯੂਜ਼ ਕੀਤਾ ਕਿ ਮਿਸਯੂਜ਼ ਮੀਨ ਸਮੋਸੇ ਖਾ ਕੇ ਤੁਸੀਂ ਘਰ ਵਾਪਸ ਆਇਓ। ਜ਼ਿਆਦਾ ਜ਼ਿਆਦਾ ਜੇ ਫਿਰੋਜ਼ਪੁਰ ਲਈ ਤੁਸੀਂ ਜਿਹੜਾ ਯੋਗਦਾਨ ਦਿੱਤਾ ਤਾਂ ਦਵਿੰਦਰ ਸਿੰਘ ਬਾਇਕ MLA ਬਣਾਇਆ, ਉਹ ਵੀ ਆਪਣੇ ਘਰ ਦਾ। ਤਾਂ ਬਾਰਡਰ ਪੱਟੀ ਦੀ ਸਮੱਸਿਆਵਾਂ ਜੇ 25 ਸਾਲਾਂ ਵਿੱਚ ਕੁਛ ਨਹੀਂ ਕਰ ਪਾਏ ਤਾਂ ਇਸ ਬਾਰੇ ਲੋਕ ਮੇਰੇ ਹਿਸਾਬ ਨਾਲ ਨਕਾਰ ਚੁੱਕਿਆ। 600 ਕਬਾਇਆ ਕੋਈ ਚੱਲਿਆ ਕਾਰਤੂਸ ਫੋਕਾ ਕੋਈ ਚੱਕਰ ਨਹੀਂ, ਅੰਗਰੇਜ਼ ਬੜਵਾਲ ਖੜਿਆ ਅੱਗੇ। ਉੱਥੇ ਉਹਨਾਂ ਨੇ ਦੱਸਿਆ ਕਿ MP ਬਣਨ ਤੋਂ ਬਾਅਦ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਦੇ ਕਿਹੜੇ ਮੁੱਦਿਆਂ ਤੇ ਕੰਮ ਕੀਤੇ ਜਾਣਗੇ। ਬਿਲਕੁਲ ਜੀ, ਫਿਰੋਜ਼ਪੁਰ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਰਹੀ ਹੈ ਪਛੜਾ ਸ਼ਬਦ, ਪਛੜਾ ਸ਼ਬਦ ਹੈ। ਮੈਂ ਜੇ ਗੱਲ ਕਰਾਂ ਤਾਂ ਮੈਂ ਲੇਹ ਲਦਾਖ ਦੀ ਗੱਲ ਕਰ ਲੈਂਦੇ ਹਾਂ, ਜੇ J&K ਤੋਂ ਜਾਂ ਸਿੱਕਮ ਤੋਂ ਡੁਕਲਾਮ ਦੀ ਗੱਲ ਕਰ ਲੈਂਦੇ ਹਾਂ, ਚਾਹ ਗੁਹਾਟੀ ਤੋਂ ਆਪਾਂ ਪੈਂਗੋਂਗ ਆਪਣਾ ਗੁਹਾਟੀ ਤੋਂ ਮਾਧਰੀ ਝੀਲ ਦੀ ਗੱਲ ਕਰ ਲਈ, ਤਾਂ ਉੱਥੇ ਹਾਈਵੇ ਨੇ, ਤਾਂ ਸਾਡੇ ਬਾਰਡਰ ਪੱਟੀ ਕੋਲ ਹਾਈਵੇ ਨਹੀਂ ਆ, ਨੰਬਰ ਇੱਕ। ਇੱਕ ਨੈਸ਼ਨਲ ਰੋਡ ਆ, ਉਹ ਵੀ ਹਾਈਵੇ ਕੰਪਲੀਟ ਅਨਕੰਪਲੀਟ ਆ, ਤਾਂ 75 ਸਾਲਾਂ 'ਚ ਸਾਡੇ ਲੋਕਾਂ ਨੇ ਬੜਾ ਜ਼ਿਆਦਾ ਟੈਕਸ ਪੇ ਕੀਤਾ। ਮੈਂ ਇੱਕ ਇੰਪਲਾਈਜ਼ ਹਾਂ, ਮੈਂ ਵੀ ਟੈਕਸ ਪੇ ਕਰਦਾ, ਬਿਜ਼ਨਸਮੈਨ ਵੀ ਟੈਕਸ ਪੇ ਕਰਦਾ, ਆਮ ਬੰਦਾ ਵੀ ਟੈਕਸ ਪੇ ਕਰਦਾ, ਬਟ ਫਿਰੋਜ਼ਪੁਰ ਨੂੰ ਪਛੜਾ ਸ਼ਬਦ ਆ ਜਿਹੜਾ ਫੇਸ ਕਰਨਾ ਪੈਂਦਾ, ਬੜੀ ਵੱਡੀ ਗੱਲ ਆ ਔਰ ਬੜੀ ਵੱਡੀ ਸਮੱਸਿਆ ਹੈ ਕਿ ਜਿਹੜੇ ਅਸੀਂ 75 ਸਾਲਾਂ ਦੇ ਵਿੱਚ ਜਿੰਨੇ ਅਸੀਂ ਮੈਂਬਰ ਆਫ ਪਾਰਲੀਮੈਂਟ ਬਣਾਏ ਨੇ, ਤਾਂ ਉਹਨਾਂ ਨੇ ਸੈਂਟਰ ਦੇ ਅੱਗੇ ਆਵਾਜ਼ ਚੁੱਕੀ ਜਾਂ ਨਹੀਂ ਚੁੱਕੀ, ਜਾਂ ਸਮੋਸੇ ਖਾ ਕੇ ਵਾਪਸ ਆਏ ਨੇ, ਇਹ ਲੋਕ ਇਸ ਵਾਰ ਪੁੱਛਣਗੇ। ਔਰ ਇੱਕ ਸੈਂਗਲ ਔਰ ਮੈਂ ਦੱਸਣਾ ਚਾਹੁੰਦਾ, ਫਿਰੋਜ਼ਪੁਰ ਦਾ ਜਿਹੜਾ ਬੈਡ ਲੱਕ ਰਿਹਾ ਇੰਡਸਟਰੀ, ਇੰਡਸਟਰੀ ਕਦੇ ਸਾਡੇ ਫਿਰੋਜ਼ਪੁਰ ਨੂੰ ਫਿਰੋਜ਼ਪੁਰ ਲਈ ਕਦੇ ਪਹਿਲ ਕੀਤੀ ਨਹੀਂ ਗਈ। ਉਹ ਸੈਂਗੜੋਲ ਜਿਹੜੀ ਰੇਲਵੇ ਆ, ਰੇਲਵੇ ਜਿਹੜੀ 75 ਸਾਲ ਦੇਖਦੇ ਉਹੀ ਰੇਲ ਆ, ਪੰਜਾਬ ਮੇਲ ਉਹੀ ਲਾਹੌਰ ਨੂੰ ਜਾਂਦੀ ਸੀ, ਅੱਜ ਵੀ ਉਹੀ ਆ। ਅਤੇ ਜੇ ਅਸੀਂ ਫਿਰੋਜ਼ਪੁਰ ਤੋਂ ਅਬੋਹਰ ਦੀ ਗੱਲ ਕਰੀਏ, ਇੱਕੋ ਟ੍ਰੇਨ ਚੱਲਦੀ ਆ, ਉਹ ਵੀ 1 ਵਜੇ 1:30 ਵਜੇ। ਤਾਂ ਫਿਰੋਜ਼ਪੁਰ ਨੂੰ ਕਿਸ ਨਜ਼ਰ ਨਾਲ, ਕਿਸ ਨਜ਼ਰੀਏ ਨਾਲ ਫਿਰੋਜ਼ਪੁਰ ਅੱਗੇ ਲੈ ਕੇ ਜਾਣਾ ਚਾਹੁੰਦੇ ਆ, ਇਹ ਪੁਰਾਣੇ ਲੀਡਰ ਜਿਹੜੇ ਹੈਗੇ ਨੇ, ਇਹ ਦੇਖਦੇ ਆ, ਚਾਹੇ ਅਕਾਲੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਭਾਜਪਾ, ਚਾਹੇ ਕੋਈ ਅੱਜ ਦੀ ਝਾੜੂ, ਇਹ ਤਾਂ ਗੇਮ ਖੇਡਦੇ ਆ। ਪੁਰਾਣਾ ਕੈਂਡੀਡੇਟ ਚੁੱਕ ਕੇ ਤੁਸੀਂ ਆ ਜਾਓ ਵਾਸ਼ਿੰਗ ਬਾਰਡਰ ਨਿਰਮਾ, ਤਾਂ ਬੜੀ ਜ਼ਿਆਦਾ ਇੱਕ ਦੇਖੋ, ਇਹ ਸਾਡੇ ਲੋਕਾਂ ਨਾਲ ਜਾਤੀ ਹੋ ਰਹੀ ਹੈ, ਲੋਕਾਂ ਨਾਲ ਬਿਲਕੁਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਪਰ ਮੈਂ ਇੱਕ ਫੌਜੀ ਹਾਂ, ਫੌਜ ਦਾ ਰਿਹਾ, ਮੈਂ ਕਾਰਗਿਲ ਲੜੀ ਹੈ, ਮੈਂ ਅੱਜ ਦੇਸ਼ ਲਈ ਲੜਾਂਗਾ, ਅਤੇ ਲੋਕਾਂ ਲਈ ਲੜਾਂਗਾ। ਉੱਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਹਿਣਕ ਦੀ ਘੋੜੀ ਦੱਸਦੇ ਹੋਏ ਵੀ ਤੰਜ ਕੱਸੇ ਗਏ ਤੇ ਹੋਰ ਕੀ ਕੁਝ ਕਹਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਰੇ ਫੌਜੀ ਅੰਗਰੇਜ਼ ਸਿੰਘ ਵੜਵਾਲ ਨਜ਼ਰ ਆਏ ਨੇ, ਆਓ ਸੁਣਦੇ ਹਾਂ। ਚੈਲੰਜ ਸ਼ਬਦ ਕਿਸ ਤਰ੍ਹਾਂ ਯੂਜ਼ ਕਰਦੇ ਹੋ ਤੁਸੀਂ, ਚੈਲੰਜ ਕਿਹਨੂੰ ਕਹਿੰਦੇ ਹੋ? ਕਿਹੜਾ ਮੁਕਾਬਲੇ ਦੇ ਵਿੱਚ? ਨਹੀਂ, ਚੈਲੰਜ ਇੱਕ ਹੁੰਦਾ ਹੈ ਵੀ ਕੋਈ ਫੈਰ ਮਿਸ ਫੈਰ ਹੋਇਆ ਹੋਵੇ, ਉਹਨੂੰ ਚੈਲੰਜ ਐਕਸੈਪਟ ਕਿਵੇਂ ਕਰੋਗੇ?
75 ਸਾਲਾਂ ਵਿੱਚ ਚੈਲੰਜ ਹੀ ਐਕਸੈਪਟ ਕਰਦੇ ਆ ਲੋਕਾਂ ਨੇ ਐਕਸੈਪਟ ਕੀਤਾ ਚੈਲੰਜ ਅਕਾਲੀ ਦਲ ਜਿਹੜੀ ਹੈ ਲਗਾਤਾਰ ਜਿਹੜੀ ਹੈ ਜਿਹੜਾ ਫਿਰੋਜ਼ਪੁਰ ਤੇ ਕਾਬਜ਼ ਰਹੀ ਹੈ ਕੀ ਰਹੀ ਕਾਬਜ਼ ਕੀ ਕਾਬਜ਼ ਰਹੀ ਕੋਈ ਕੀ ਰਹੀ ਹੈ ਦੱਸੋ ਜਿਹੜੀ ਹੈ ਲੋਕ ਸਭਾ ਦੀ ਜਿਹੜੀ ਉਹਨਾਂ ਕੋਲ ਰਹੀ ਹੈ ਦੱਸੋ ਨਾ ਕੀ ਰਹੀ ਹੈ ਕਾਬਜ਼ ਨੋਨੀ ਵਾਰ ਕਿੰਨੇ ਹਾਰੇ ਨੇ ਲੋਕ ਸਭਾ ਦੀ ਗੱਲ ਕਰ ਰਹੇ ਲੋਕ ਸਭਾ ਦੀ ਨਹੀਂ ਲੋਕ ਸਭਾ ਦੀ ਉਹ ਦੇਖੋ ਬਾਈ ਜੀ ਲੋਕ ਸਭਾ ਤਾਂ ਅਕਾਲੀਆਂ ਦੀ ਹੈ ਨਾ ਨੋਨੀ ਹਾਰ ਜਿੱਤੇ ਆ ਕਦੇ ਉਹੀ ਕੁਐਸਚਨ ਹੋ ਰਿਹਾ ਨਾ ਮੈਂ ਤਾਂ ਕੁਐਸਚਨ ਆਨਸਰ ਦੇ ਰਿਹਾ ਇਸ ਵਾਰ ਫਿਰ ਨੋਨੀ ਪਰਿਵਾਰ ਨੂੰ ਕਿੱਥੇ ਮਿਲੀ ਮੈਂ ਤਾਂ ਆਨਸਰ ਦੇ ਦਿੱਤਾ ਖਾਲੀ ਕੋੜੀ ਇੰਕ ਦੀ ਫਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਫੌਜੀ ਅੰਗਰੇਜ਼ ਸਿੰਘ ਵੜਵਾਲ ਦੇ ਵੱਲੋਂ ਜਿੱਥੇ ਨਾਮਜ਼ਦਗੀ ਪੱਤਰ ਦਾਖਿਲ ਕੀਤਾ ਗਿਆ ਉੱਥੇ ਹੀ ਵਿਰੋਧੀ ਅਤੇ ਇਸ ਵੇਲੇ ਤੰਜ ਕੱਸਦੇ ਹੋਏ ਵੀ ਉਹ ਨਜ਼ਰ ਆਉਂਦੇ ਨੇ।